ਯਾਰਾ ਤੱਕੋ ਹੈ ਮੁੜੇ ਗੱਡੀ ਇੱਥੇ ਖੋਲੀ ਤੇ ਤੇ ਪਤਾ ਨਹੀਂ ਕੁਦਰ ਲਏ ਗਏ ਨੇ। ਅੱਛਾ ਇੱਧਰ ਤੱਕੋ ਹਾਂ ਇਹ ਬੈਠ ਪਏ ਆ। ਅੱਛਾ ਹੋਰੇ ਘਰੋਂ ਆਏ ਕ੍ਰਿਕਟ ਖੇਡਣੇ ਵਾਸਤੇ ਤੇ ਮਾੜਾ ਖਿਆਲ ਹੈ ਹਾਰੀ ਜਾਂਦਾ ਪਤਾ ਨਹੀਂ ਗਏ ਕੁਦਰ ਨੇ। ਆਏ ਉਸਨ ਮੁੜਿਆ ਕੀ ਨਾਲ ਆਂਦਾ ਉਸਨ ਨੇ ਬੈਟ ਖੇਡਣੇ ਵਾਸਤੇ। ਐ ਹਾ ਮਾਰਸਨ ਛੱਕੇ ਐ ਮਾਰਸਨ ਟੱਲੇ ਚੌਕਾ ਛੱਕਾ ਚੌਕਾ ਛੱਕਾ। ਪਾਕਿਸਤਾਨ ਨੀ ਕ੍ਰਿਕਟ ਟੀਮ ਕੋਲੋਂ ਤਾਂ ਚੌਕਾ ਛੱਕਾ ਵੱਜਣਾ ਕੋਈ ਨੀ, ਢਿੱਲੇ ਹੋਈ ਗਏ ਪਤਾ ਨੀ। ਹੋਰੇ ਇੰਨੀ ਰੋਟੀ ਕੋਈ ਨੀ ਲੱਭਣੀ, ਹੋਰੇ ਕਿਆ ਚੱਕਰ ਹੈ? ਪੂਰੀ ਦੁਨੀਆ ਵਿੱਚ ਬੜਾ ਨਾਂ ਆਉਣਾ ਸੀ ਤੇ ਅੱਜ ਪਤਾ ਨੀ ਨਾ ਡੋਬਣੇ ਨੇ ਪਏ, ਕਿਆ ਕਰਨੇ ਨੇ ਪਏ। ਉਹਾਂ ਤੇ ਬੜੀਆਂ ਬੜੀਆਂ ਮਸ਼ੂਰਗੀਆਂ ਬਣਾਉਣੇ ਨੇ, ਜੂਸ ਪੀਣੇ ਨੀਆਂ, ਇਹ ਬੜਾ ਐਨਰਜੀ ਡਰਿੰਕ ਹੈ। ਉੱਥੋਂ ਪੈਸੇ ਲੱਭਣੇ ਨੇ ਇਹਦੇ, ਪਾਕਿਸਤਾਨ ਨੇ ਖਿਲਾੜੀ ਮਸ਼ਹੂਰੀਆਂ ਬਣਾਉਣੇ ਨੇ ਬੜੀਆਂ, ਬੜਾ ਇੰਜ ਡੋਲੇ ਛੋਲੇ ਵੀ ਦੱਸਣੇ ਨੇ, ਭਲਵਾਨ ਬਣੇ। ਉਹ ਮੁੜੇ ਉਹ ਪਤਾ ਨੀ ਕਿੱਦਾਂ ਲਗੇ ਜਾਣੇ ਨੇ ਤੇ ਇਹ ਆਏ ਹੁਸਨ ਇੱਥੇ ਖੇਡਣੇ ਵਾਸਤੇ ਤੇ ਬੈਟ ਇੱਥੇ ਧਰੀ ਤੇ ਪਤਾ ਨੀ ਕਿਆ ਇੰਨਾ ਨੀ ਸਟੋਰੀਆਂ ਨੇ, ਮੈਂ ਇੰਨਾ ਕੀ ਹੁਣ ਕਹਿ ਕੀ ਸਕਣਾ। ਤੇ ਗਰਮੀ ਵੀ ਥੋੜ੍ਹੀ ਥੋੜ੍ਹੀ ਹੁਣ ਵਧਣੀ ਹੈ ਪੀ ਤੇ ਇਹ ਤੇ ਵਾਹ ਝੁਲਣੀ ਹੈ ਪੀ, ਵਾਹ ਬੜੀ ਸੋਹਣੀ। ਕਿਆ ਹਾਲ ਹੈ ਮੁੜਿਆ, ਠੀਕ ਹੈ ਨਾ? ਆ ਤੇ ਨਿੱਕੇ ਕੀ ਬਾਲੇ ਆ, ਜਾਣਾ ਪਿਆ ਕੁਦਰੇ ਫਿਰਨੇ ਤੁਰਨੇ ਵਾਸਤੇ ਹੀ ਕਿ ਹੋਰ ਕੁਦਰ ਜਾਣਾ ਪਿਆ। ਤੇ ਗੱਲਾਂ ਬਾਤਾਂ ਟਾਕਾਂ ਤੇ ਤੁਸਾਂ ਨਾਲ ਹੋਣੀਆਂ ਹੀ ਰਹਿਣੀਆਂ ਨੇ, ਤੇ ਆਪਣਾ ਖਿਆਲ ਰੱਖਿਆ ਕਰੋ। ਸੁਬਹਾ ਜਿਹੜੇ ਲੋਕ ਸਵੇਰੇ ਉੱਠਣੇ ਨਾ ਤੇ ਨਾਸ਼ਤਾ ਕਰਨੇ ਟਾਈਮ ਨਾਲ, ਟਾਈਮ ਨਾਲ ਮਤਲਬ ਹੈ 6, 6:30, 7 ਵਜੇ ਨਾਸ਼ਤਾ ਹੋ ਜਾਣਾ ਚਾਹੀਦਾ। ਇਸੇ ਤਰ੍ਹਾਂ ਦਿਹਾੜੀ ਜਿਹੜੀ ਰੋਟੀ ਹੈ ਉਹ ਤੁਸੀਂ ਦਿਹਾੜੀ ਰੋਟੀ ਜਲਦੀ ਖਾਓ, 1 ਵਜੇ 1:30 ਵਜੇ ਦਿਹਾੜੀ ਨਹੀਂ ਰੋਟੀ ਖਾ ਲੈਣੀ ਚਾਹੀਦੀ ਹੈ। ਇਹ ਮੈਦਾ ਠੀਕ ਰਹਿਣਾ, ਸਟਾਮਿਕ। ਇਸੇ ਤਰ੍ਹਾਂ ਮਗਰਬ ਨੇ ਟਾਈਮ ਹੈ, ਤੁਸੀਂ ਰਾਤ ਨਹੀਂ ਰੋਟੀ ਖਾ ਲਵੋ, ਮਗਰਬ ਨੀ ਨਮਾਜ਼ ਤੋਂ ਫੌਰਨ ਬਾਅਦ ਰਾਤੀ ਰੋਟੀ ਖਾ ਲਵਿਆ ਕਰੋ ਤੇ ਤੁਸਾਂ ਨਾ ਮੈਦਾ ਬਿਲਕੁਲ ਠੀਕ ਰਹਿ ਸੀ। ਜਿਹੜੇ ਲੋਕ ਬਿਨਾਂ ਵਜ੍ਹਾ ਸੁਬਹਾ ਨਾਸ਼ਤਾ 10 ਵਜੇ ਕਰਨੇ ਐਵੇਂ ਫਜ਼ੂਲ, ਦਿਹਾੜੀ ਨੀ ਰੋਟੀ 3, 3:30, 4 ਵਜੇ ਖਾਣੇ ਨੇ, 5 ਵਜੇ ਦਿਹਾੜੀ ਨੀ ਰੋਟੀ ਹੋਣੀ ਹੈ, ਕੋਈ ਟਾਈਮ ਟੇਬਲ ਹੀ ਕੋਈ ਨੀ। ਰਾਤੀ ਨੀ ਰੋਟੀ 10, 11, 12 ਵਜੇ ਰਾਤ ਕੀ ਰੋਟੀ, ਮਾਮਾ ਮੁਝੇ ਰਾਤ ਕੀ ਰੋਟੀ, ਰਾਤੀ 12 ਵਜੇ ਦੇ ਆਏ। ਦੋ ਕੰਨੇ ਪਰ ਲਾਈਆਂ ਹੋਣ ਨਾ ਤੇ ਮਾਮਾ ਰੋਟੀ ਦੇ, ਮਗਰਬ ਨੇ ਟਾਈਮ ਰਾਤ ਨੀ ਰੋਟੀ ਖਾ ਲੈਣੀ ਚਾਹੀਦੀ ਹੈ। ਇਹ ਤੁਸਾਂ ਆਪਣੇ ਮਹਿਦਿਆਂ ਕੀ ਆਪੂ ਖਰਾਬ ਕੀਤਾ ਗਿਆ, ਮਹਿਦੇ ਦੀਆਂ ਗੋਲੀਆਂ ਇਹ ਜਿਹੜੇ ਪੂੜੀਆਂ ਪਾਣੀਆਂ ਚ ਬਾਈ ਕਰ ਤੇ ਝੱਗ ਚੜਨੀ ਹੈ ਤੇ ਉਹ ਮਹਿਦੇ ਨੀ ਹੈ, ਅਸਾਂ ਉਹ ਪੂੜੀ ਹੈ ਝੱਗ ਹੈ ਲਈ, ਉਸ ਨਾਲ ਸਾਡਾ ਮੈਦਾ ਠੀਕ ਰਹਿਣਾ ਹੈ, ਮੈਦੇ ਚ ਗੁੜ ਗੁੜ ਆਉਣੀ ਹੈ,
ਇਹ ਮੈਦੇ ਵਿੱਚ ਅਸੀਂ ਜਲਨ ਪੈਦਾ ਹੋਣੀ ਹੈ। ਇਹ ਆਪਣਾ ਆਪਣਾ ਬੇੜਾ ਗਰਕ ਆਪੂ ਕਰਨੇ ਹੋ ਤੁਸਾਂ। ਬੇੜਾ ਤਰੀ ਜਾ ਸੀ ਜੇ ਤੁਸਾਂ ਟਾਈਮ ਨੇ ਮੁਤਾਬਕ ਰੋਟੀ ਖਾਓ। ਐਵੇਂ ਤੁਸਾਂ ਦਿਹਾੜੀ ਜੇ ਚਾਹਵਾਂ ਪੀਣੇ ਰਸੋ, ਫਜ਼ੂਲ ਚਾਹਵਾਂ ਵੀ ਨਹੀਂ ਪੀਣੀਆਂ ਚਾਹੀਦੀਆਂ। ਸ਼ਾਮ ਨੇ ਟਾਈਮ 4 ਵਜੇ 5 ਵਜੇ ਚਾਹ ਪੀ ਲਓ, ਉਹ ਠੀਕ ਹੈ। ਸੁਬਹਾ ਨੇ ਟਾਈਮ ਨਾਸ਼ਤੇ ਵੇਲੇ ਚਾਹ ਪੀਓ, ਠੀਕ ਹੈ। ਦਿਹਾੜੀ ਕਈਆਂ ਲੋਕਾਂ ਮੈਂ ਤੱਕਿਆ 10-10 ਵਾਰੀ ਚਾਹ ਪੀਣੇ ਨੇ, ਤਾਂ ਉੱਪਰੋਂ ਸੂਟੇ ਲਾਉਣੇ ਨੇ, ਸਿਗਰਟ ਪੀਣੇ ਨੇ, ਸਿਰੇ ਨਾਲ ਦਰਦ ਸ਼ੁਰੂ ਹੋਈ ਜਾਣਾ, ਮੈਗਰੇਨ ਬਿਮਾਰੀ ਵੀ ਇਹ ਹੀ ਹੈ ਕਿ ਤੁਸਾਂ ਆਪਣਾ ਟਾਈਮ ਟੇਬਲ ਜਿਲ੍ਹਾ ਤੁਸਾਂ ਸੱਜਾ ਖੱਬਾ ਕਰਨੇ ਹੋ, ਤਾਂ ਇਹ ਮੈਗਰੇਨ ਬਿਮਾਰੀ ਹੈ ਜਿਹੜੀ, ਜਾਂ ਸਿਰੇ ਨਾਲ ਦਰਦ ਹੈ, ਇਹ ਤਈਆਂ ਸ਼ੁਰੂ ਹੋਇਆ ਨਾ, ਟਾਈਮ ਟੇਬਲ ਤੁਸਾਂ ਆਪਣਾ ਖਤਮ ਕੀਤਾ। ਗੰਦੀਆਂ ਚੀਜ਼ਾਂ ਖਾਣੇ ਹੋ, ਮਸਾਲੇਦਾਰ ਚੀਜ਼ਾਂ ਖਾਣੇ ਹੋ, ਸਰਿਆਂ ਨਾਲ ਤੇਲ ਲੈ, ਇਹ ਜਿਹੜਾ ਸਰਸੂ, ਇਹ ਜਿਹੜੀ ਸਰਸੂ ਹੋਣੀ ਹੈ ਨਾ, ਸਰਿਆਂ ਨਾਲ ਤੇਲ ਕੱਢੀ ਕੇ ਨਾ, ਉਸ ਨਾਲ ਲੰਡੀ ਪਕਾਈ, ਤਾਂ ਖਾਣੇ ਵਾਲੇ ਕੀ ਕੱਢਾ, ਮੈਦੇ ਨੀ ਤਕਲੀਫ ਨਹੀਂ ਹੋਣ ਲੱਗੀ, ਮੈਦੇ ਨੀ ਤਕਲੀਫ। ਇਹ ਜਿਹੜੇ ਅੱਜ ਕੱਲ੍ਹ ਦੇ ਕੁਕਿੰਗ ਆਇਲ ਵਿਕਣੇ ਨਾ ਬਾਜ਼ਾਰ, ਸਭ 2 ਨੰਬਰ ਵੀ ਨਹੀਂ, 10 ਨੰਬਰ ਹਨ। ਇਹਨਾਂ 'ਚ ਹੋਈ ਨਹੀਂ ਕੁਆਲਿਟੀ, ਇਹਨਾਂ 'ਚੋਂ ਤਾਕਤ ਹੈ ਹੀ ਕੋਈ ਨਹੀਂ। ਲਿਹਾਜ਼ਾ ਸਰਿਆਂ ਨਾਲ ਤੇਲ ਅੰਡੀ ਵਿੱਚ ਇਸਤੇਮਾਲ ਕਰੋ। ਅੰਡਾ ਜਿਲ੍ਹਾ ਬੱਚੇ ਕੀ ਫਰਾਈ ਕਰੀ ਦੇਣੇ ਹੋ, ਸਰਿਆਂ ਨਾਲ ਤੇਲ ਹੈ ਇਸਤੇਮਾਲ ਕਰਿਆ ਕਰੋ, ਜੈਤੂਨ ਨਾਲ ਤੇਲ ਇਸਤੇਮਾਲ ਕਰਿਆ ਕਰੋ। ਇਹ ਕੁਦਰਤ ਦੀਆਂ ਚੀਜ਼ਾਂ, ਅੱਲਾ ਤਾਲਾ ਕੁਦਰਤ ਹੈ, ਅੱਲਾ ਤਾਲਾ ਇਹ ਤੁਸਾਂ ਵਾਸਤੇ ਇਹ ਚੀਜ਼ਾਂ ਬਣਾਈਆਂ ਨੇ। ਮੈਂ ਇੱਥੇ ਗੱਲਾਂ ਕਰਨਾ ਸ਼ੁਰੂ ਹੋ ਗਈਆਂ, ਤਾਂ ਮੁੜੇ ਬੈਠ ਤਰੀਕਾ ਪਤਾ ਨਹੀਂ ਕੁਦਰ ਲਏ ਗਏ ਨੇ, ਤੈ ਚਲੋ ਠੀਕ ਹੈ ਫਿਰ। ਹੈ ਮੈਂ ਮੁੜਿਆ ਕੀ ਤਾਂ ਤੱਕਾਂ ਨਾ ਗਏ ਕੁਦਰ, ਇੱਥੇ ਬੈਠ ਤਰੀ ਗਏ ਨੇ, ਮੈਂ ਮੁੜਿਆ ਹੀ ਤੱਕੀ ਕਿੰਨਾ, ਆ ਹਾ 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 ਓ ਹੋ 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 ਐ ਹੈ 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 ਹੈ।